ਇੱਧਰ ਤੁਸੀਂ ਦੇਖ ਸਕਦੇ ਹੋ ਕਿ ਬਿਨਾ ਨੰਬਰਾਂ ਵਾਲੇ ਮੋਟਰਸਾਈਕਲ ਵੀ ਜਿਹੜੇ ਆ ਉਹ ਫਿਰੋਜ਼ਪੁਰ ਦੇ ਵਿੱਚ ਦੌੜਦੇ ਆ, ਕਿਉਂਕਿ ਹੁਣ ਇਹ ਮੋਟਰਸਾਈਕਲ ਜਿਹੜੇ ਆ ਉਹ ਫਿਰੋਜ਼ਪੁਰ ਦੇ ਵਿੱਚ ਨਹੀਂ ਦੌੜਨੇ, ਕਿਉਂਕਿ ਫਿਰੋਜ਼ਪੁਰ ਪੁਲਿਸ ਜਿਹੜੀ ਆ ਉਹ ਬਿਲਕੁਲ ਸੁਚੇਤ ਹੋ ਚੁੱਕੀ ਆ। ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਆ, ਇਹ ਬਿਲਕੁਲ ਜਿਹੜੇ ਆਪਣੇ ਵਿੱਚੋਂ ਜਿਹੜੀ ਡਿਵਾਈਸ ਇਹਨਾਂ ਲਾਈ ਹੁੰਦੀ ਆ ਹਟਾ ਲਓ, ਹੋਰ ਜਿਹੜੇ ਕਾਲੀਆਂ ਫਿਲਮਾਂ ਲਾਉਂਦੇ ਆ ਉਹ ਆਪਣਾ ਬੰਦ ਕਰ ਲਓ, ਟ੍ਰਿਪਲ ਰਾਈਡਿੰਗ ਬੰਦ ਕਰ ਲਓ, ਮੂੰਹ ਜਿਹੜਾ ਬੰਨ ਕੇ ਮੋਟਰਸਾਈਕਲ ਬਾਈਕ ਜਿਹੜੀ ਨਹੀਂ ਚਲਾਉਣੀ। ਹਾਂਜੀ, ਅਜੇ ਹੁਣੇ ਹੀ ਇੱਕ ਬੇਸਬਾਲ ਵੀ ਬਰਾਮਦ ਹੋਇਆ ਸੀਗਾ ਅਤੇ ਅੱਜ ਸਵੇਰੇ ਵੀ ਜਿਹੜੀ ਆ ਇੱਕ ਥਾਰ ਦੇ ਵਿੱਚੋਂ ਜਿਹੜੀ ਆ ਸੀ ਏ ਸਟਾਫ ਨੇ ਡਰੱਗ ਮਨੀ ਜਿਹੜੀ ਆ ਉਹ ਬਰਾਮਦ ਕੀਤੀ ਆ ਕਾਫੀ ਮਾਤਰਾ ਦੇ ਵਿੱਚ। ਹਾਂ, ਜਦੋਂ ਅਸੀਂ ਕੋਈ ਨਾ ਕੋਈ ਚੈਕਿੰਗ ਕਰਦੇ ਹਾਂ ਕੋਈ ਨਾ ਕੋਈ ਮਿਲਦਾ ਹੀ ਹੈ। ਕਾਲੀਆਂ ਫਿਲਮਾਂ ਲਾਉਂਦੇ ਆ ਜਾਂ ਜਿਨ੍ਹਾਂ ਨੇ ਸਰਕਾਰੀ ਮਤਲਬ ਪਲੇਟਾਂ ਨਹੀਂ ਲਾਈਆਂ ਜਾਂ ਜਿਹੜੇ ਆਪਣੇ ਗਲਤ ਲੋਗੋ ਲਾ ਕੇ ਜਿਹੜੇ ਚਲਾ ਰਹੇ ਆ ਅਸੀਂ ਉਹਨਾਂ ਦੇ ਜਿਹੜੇ ਚਲਾਨ ਕਰ ਰਹੇ ਹਾਂ। ਹੁਣ ਵੀ ਇਹਦੇ ਵਾਸਤੇ ਵੀ ਅਸੀਂ ਬੜੇ ਸੈਮੀਨਾਰ ਦੇ ਲੋਕਾਂ ਦੇ ਪੇਰੈਂਟਸ ਨੂੰ ਵੀ ਅਵੇਅਰ ਕੀਤਾ ਵਾ ਵੀ 18 ਸਾਲ ਤੋਂ ਛੋਟੇ ਬੱਚੇ ਨੂੰ 2-wheeler ਨਾ ਦਿਓ, ਅਤੇ ਹੁਣ ਕਾਫੀ ਵਾਰ ਇਹਨਾਂ ਨੂੰ ਸਮਝਾਇਆ ਗਿਆ ਵਾ, ਹੁਣ ਜਿਹੜੇ ਨਹੀਂ ਹਟਦੇ ਜਿਹੜੇ 18 ਸਾਲ ਤੋਂ ਚਲਾਉਂਦੇ ਆ ਉਹਨਾਂ ਦਾ ਅਸੀਂ ਫਿਰ ਉਹ ਜੁਰਮਾਨਾ ਜਿਹੜਾ ਵਾ ਚਲਾਨ ਕਰਕੇ ਕਰ ਰਹੇ ਹਾਂ। ਜਗ੍ਹਾ ਜਗ੍ਹਾ ਦੇ ਨਾਕੇ ਲਾ ਕੇ ਵੀ ਪਿਆਰ ਨਾਲ ਵੀ ਸਮਝਾਉਂਦੇ ਹਾਂ ਵੀ ਤੁਸੀਂ ਜਿਹੜੇ ਇਹਦੀ ਜਿਹੜੀ ਬਿਲਕੁਲ ਵਾਇਓਲੇਸ਼ਨ ਨਾ ਕਰੋ, ਸੀਟ ਬੈਲਟ ਲਾਓ, ਉਹਦੇ ਨਾਲ ਤੁਹਾਡੀ ਸੇਫਟੀ ਆ। ਫਿਰੋਜ਼ਪੁਰ ਪੁਲਿਸ ਵੱਲੋਂ ਟ੍ਰੈਫਿਕ ਰੂਲਾਂ ਨੂੰ ਭੰਗ ਕਰਨ ਵਾਲੇ ਲੋਕਾਂ ਦੇ ਖਿਲਾਫ ਜਿਹੜਾ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਆ ਤਾਂ ਜੋ ਲੋਕ ਜਿਹੜੇ ਆ ਉਹ ਸਹੀ ਨਿਯਮਾਂ ਨੂੰ ਫੋਲੋ ਕਰ ਸਕਣ। ਅਸੀਂ ਇਸ ਵੇਲੇ ਫਿਰੋਜ਼ਪੁਰ ਛਾਉਣੀ ਦੇ ਬਾਬਾ ਸ਼ੇਰ ਸ਼ਾਹ ਵਾਲੀ ਚੌਂਕ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਵੱਡਾ ਨਾਕਾ ਲੱਗਾ ਹੋਇਆ, ਪੁਲਿਸ ਵੱਲੋਂ ਆਉਂਦੇ ਜਾਂਦੇ ਵਹੀਕਲਾਂ ਦੀ ਜਿਹੜੀ ਉਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇਸ ਵੇਲੇ ਇੱਕ ਗੱਡੀ ਨੂੰ ਰੋਕਿਆ ਗਿਆ ਔਰ ਇਸ ਗੱਡੀ ਦੀ ਜਿਹੜੀ ਆ ਉਹ ਬਕਾਇਦਾ ਤੌਰ 'ਤੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਬੇਸ਼ੱਕ ਕਾਲੇ ਜਿਹੜੇ ਉਹ ਸ਼ੀਸ਼ੇ ਵੀ ਲੱਗੇ ਹੋਏ ਆ ਤਾਂ ਔਰ ਇਸ ਦੇ ਨਾਲ ਹੀ ਜਿਹੜਾ ਬਕਾਇਦਾ ਤੌਰ 'ਤੇ ਉਹਨਾਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਜਿਹੜੇ ਲੋਕ ਜਿਹੜੇ ਹੈ ਟ੍ਰੈਫਿਕ ਰੂਲਾਂ ਨੂੰ ਭੰਗ ਕਰਦੇ ਆ। ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਪੰਜਾਬ ਪੁਲਿਸ ਜਿਹੜੀ ਆ ਵੱਡੇ ਦਸਤੇ ਸਮੇਤ ਜਿਹੜੀ ਵਾਹਨਾਂ ਦੀ ਚੈਕਿੰਗ ਕਰ ਰਹੀ ਆ ਔਰ ਇਸ ਦੇ ਨਾਲ ਹੀ DSP ਰਾਜਵੀਰ ਸਿੰਘ ਜਿਹੜੇ ਆ ਉਹ ਵੀ ਮੌਜੂਦ ਹੈ ਔਰ ਆਉਂਦੇ ਜਾਂਦੇ ਵਾਹਨਾਂ ਨੂੰ ਬੜੀ ਬਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਆ ਤਾਂ ਇੱਧਰ ਪੁਲਿਸ ਅਮਲਾ ਵੀ ਜਿਹੜਾ ਉਹ ਮੌਜੂਦ ਆ ਤਾਂ ਆਲਾ ਅਧਿਕਾਰੀ ਜਿਹੜੇ ਆ ਉਹ ਇਹਨਾਂ ਵਾਹਨਾਂ ਦੀ ਚੈਕਿੰਗ ਕਰ ਰਹੇ ਆ। ਜੇਕਰ ਗੱਲ ਕਰੀਏ ਟ੍ਰੈਫਿਕ ਰੂਲਾਂ ਨੂੰ ਭੰਗ ਕਰਨ ਦੀ ਤਾਂ ਟ੍ਰੈਫਿਕ ਰੂਲ ਜਿਹੜੇ ਹੈਗੇ ਆ ਉਹ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਗੱਡੀ ਦੇ ਕਾਲੇ ਸ਼ੀਸ਼ੇ ਲੱਗੇ ਹੋਣ ਜਾਂ ਟ੍ਰੈਫਿਕ ਨਿਯਮਾਂ ਨੂੰ ਜਿਹੜੇ ਲੋਕ ਭੰਗ ਕਰਦੇ ਆ, ਟ੍ਰਿਪਲ ਰਾਈਡਿੰਗ ਹੋਵੇ ਔਰ ਇਸ ਦੇ ਨਾਲ ਸਰਕਾਰੀ ਨੰਬਰ ਪਲੇਟ ਜਿਹੜੀ ਆ ਸਿਕਿਉਰਿਟੀ ਨੰਬਰ ਪਲੇਟ ਜਿਸਨੂੰ ਆਪਾਂ ਕਹਿ ਸਕਦੇ ਹਾਂ ਉਹ ਲੱਗੇ ਵੀ ਹੋਵੇ ਔਰ ਇਸ ਦੇ ਨਾਲ ਹੀ ਬੁਲਟ ਦੇ ਜਿਹੜੇ ਪਟਾਕੇ ਪਾਉਂਦੇ ਆ ਲੋਕ ਉਹਨਾਂ ਨੂੰ ਜਿਹੜਾ ਰੋਕਿਆ ਜਾਂਦਾ ਤਾਂ ਉਹਨਾਂ ਦੇ ਜਿਹੜੇ ਵੱਡੇ ਵੱਡੇ ਜਿਹੜੇ ਆ ਉਹ ਚਲਾਨ ਕੀਤੇ ਜਾਂਦੇ ਆ। ਤਾਂ ਅਸੀਂ ਇਸ ਵੇਲੇ ਬਾਬਾ ਸ਼ੇਰ ਸਾਹਿਬ ਵਾਲੀ ਚੌਂਕ ਦੇ ਵਿੱਚ ਮੌਜੂਦ ਆ। ਹਾਈਵੇ ਆ, ਨੈਸ਼ਨਲ ਹਾਈਵੇ ਹੈਗਾ ਜਿੱਥੇ ਭਾਰੀ ਤਾਦਾਦ ਦੇ ਵਿੱਚ ਪੁਲਿਸ ਜਿਹੜੀ ਆ ਹੋ ਗਈ ਆ ਉਹ ਲੱਗੀ ਹੋਈ ਆ, ਵਾਹਨਾਂ ਨੂੰ ਰੋਕਿਆ ਜਾ ਰਿਹਾ ਔਰ ਬਰੀਕੀ ਦੇ ਨਾਲ ਇਹਨਾਂ ਵਾਹਨਾਂ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਬਕਾਇਦਾ ਤੌਰ 'ਤੇ ਜਿਹੜੀ ਆ ਚੈਕਿੰਗ ਹੋ ਰਹੀ ਆ, ਬਕਾਇਦਾ ਤੌਰ 'ਤੇ ਜਿਹੜੇ ਹੈਗਾ ਗੱਡੀ ਦੇ ਸ਼ੀਸ਼ੇ ਬਗਲ ਬੇਸ਼ੱਕ ਬਲੈਕ ਲੱਗੇ ਸੀਗੇ ਔਰ ਉਸ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਉਂਕਿ ਵੱਡੀ ਜਿਹੜੀ ਗੱਡੀ ਆ ਉੱਤੇ ਬਲੈਕ ਸ਼ੀਸ਼ੇ ਨਹੀਂ ਹੋਣੇ ਚਾਹੀਦੇ ਕਿਉਂਕਿ ਬਲੈਕ ਸ਼ੀਸ਼ੇ ਨੇ ਕੋਈ ਵੱਡੀਆਂ ਜਿਹੜੇ
ਵਾਰਦਾਤਾਂ ਨੂੰ ਲੋਕ ਅੰਜਾਮ ਦੇ ਸਕਦੇ ਆ। ਔਰ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਆ ਜੇਕਰ ਗੱਲ ਕਰੀਏ ਤਾਂ ਅੱਜ ਬਰੀਕੀ ਦੇ ਨਾਲ ਜਿਹੜੀ ਜਾਂਚ ਕੀਤੀ ਜਾ ਰਹੀ ਆ ਤਾਂ ਉਹ ਲੋਕ ਜਿਹੜੇ ਆਪਣੇ ਬੱਚਿਆਂ ਨੂੰ 16 ਸਾਲ ਤੋਂ ਜਿਹਨਾਂ ਦੇ ਬੱਚਿਆਂ ਦੀ ਉਮਰ ਹੁੰਦੀ ਆ ਜਾਂ 18 ਸਾਲ ਤੋਂ ਘੱਟ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਵਾਹਨ ਦੇ ਦਿੰਦੇ ਨੇ 2 ਪਹੀਆ ਵਾਹਨ ਕੇ ਇਹਨਾਂ ਦੀ ਜਿਹੜੀ ਚੈਕਿੰਗ ਇਹਨਾਂ ਨੂੰ ਚਲਾਇਆ ਜਾਵੇ ਤਾਂ ਜੋ ਸਰਕਾਰ ਵੱਲੋਂ ਇੱਕ ਰੂਲ ਬਣਾਇਆ ਗਿਆ ਸੀਗਾ ਕਿ ਜਿਹੜੇ 18 ਸਾਲ ਤੋਂ ਘੱਟ ਜਿਹੜੇ ਲੋਕ ਆ ਉਹ ਜਿਹੜੇ ਬੱਚੇ ਆ 18 ਸਾਲ ਤੋਂ ਘੱਟ ਬੱਚੇ ਜਿਹੜੇ ਵਾਹਨ ਚਲਾਉਂਦੇ ਗਏ ਤਾਂ ਉਹਨੂੰ ਰੁਪਏ ਜੁਰਮਾਨਾ ਤਾਂ ਉਹਨਾਂ ਦੇ ਜਿਹੜੇ ਮਾਤਾ ਪਿਤਾ ਜਾਂ ਜਿਹਦੇ ਨਾਮ 'ਤੇ ਗੱਡੀ ਆ ਉਸ ਨੂੰ 3 ਸਾਲ ਦੀ ਜਿਹੜੀ ਉਹ ਕੈਦ ਹੋਵੇਗੀ। ਤਾਂ ਬੁਲਟ ਦੇ ਪਟਾਕੇ ਮਰਵਾ ਕੇ ਬਿਠਾਇਆ ਜਾ ਰਿਹਾ ਬੇਸ਼ੱਕ ਤਾਂ ਇਹ ਬੁਲਟ ਦੇ ਪਟਾਕੇ ਵੀ ਜਿਹੜੇ ਆ ਉਹ ਮਾਰ ਕੇ ਜਿਹੜੇ ਵੇਖੇ ਗਏ ਆ ਤਾਂ ਇਹ ਸਰਕਾਰੀ ਨੰਬਰ ਪਲੇਟ ਵੀ ਨਹੀਂ ਹੈ ਔਰ ਬੁਲਟ ਦੇ ਜਿਹੜੇ ਆ ਉਹ ਪਟਾਕੇ ਵੀ ਵੱਜ ਰਹੇ ਆ। ਤਾਂ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ DSP ਰਾਜਵੀਰ ਸਿੰਘ ਮੌਜੂਦ ਆ। ਤਾਂ ਸਰ ਕਿੱਦਾਂ ਦੇਖਦੇ ਹੋ ਅੱਜ ਜਿਹੜਾ ਇੱਕ ਵੱਡਾ ਨਾਕਾ ਲੱਗਾ ਹੋਇਆ ਇਸ ਜਗ੍ਹਾ ਦੇ ਉੱਪਰ ਕਿਉਂਕਿ GT ਰੋਡ ਦੇ ਉੱਪਰ ਅੱਜ ਨਾਕਾ ਲਗਾਇਆ ਜਾ ਰਿਹਾ? ਹਾਂਜੀ ਹਾਂਜੀ, ਇਹ ਜਿਹੜਾ GT ਰੋਡ ਦੇ ਉੱਤੇ ਜਿਹੜੀ ਆ ਸਪੈਸ਼ਲ ਜਿਹੜੀ ਆ ਨਾਕਾ ਲਾ ਕੇ ਜਿਹੜੀ ਆ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ ਕਾਲੀਆਂ ਫਿਲਮਾਂ ਲਾਉਂਦੇ ਆ ਜਾਂ ਜਿਨ੍ਹਾਂ ਨੇ ਸਰਕਾਰੀ ਨੰਬਰ ਪਲੇਟਾਂ ਨਹੀਂ ਲਾਈਆਂ ਜਾਂ ਜਿਹੜੇ ਆਪਣੇ ਗਲਤ ਲੋਗੋ ਲਾ ਕੇ ਜਿਹੜੇ ਚਲਾ ਰਹੇ ਆ ਅਸੀਂ ਉਹਨਾਂ ਦੇ ਜਿਹੜੇ ਚਲਾਨ ਕਰ ਰਹੇ ਹਾਂ। ਜਿੱਦਾਂ ਆਪਾਂ ਗੱਲ ਕਰੀਏ ਕਿ ਆਮ ਹੀ ਵੇਖਿਆ ਜਾਂਦਾ ਕਿ ਗੱਡੀਆਂ ਦੇ ਕਾਲੇ ਸ਼ੀਸ਼ੇ ਲੱਗੇ ਹੁੰਦੇ ਆ ਜਾਂ ਉਹ ਲੋਕ ਜਿੱਦਾਂ ਹੁਣ ਆ ਬੁਲਟ ਮੋਟਰਸਾਈਕਲ ਹੈਗੇ ਆ ਤੇ ਪਟਾਕੇ ਵੱਜ ਰਹੇ ਆ, ਇਹਨਾਂ ਲੋਕਾਂ ਨੂੰ ਪਹਿਲਾਂ ਜਾਗਰੂਕ ਵੀ ਕੀਤਾ ਗਿਆ, ਸਾਹਮਣੇ ਸੈਮੀਨਾਰ ਵੀ ਲੱਗੇ ਇਹਨਾਂ ਦੇ? ਹਾਂਜੀ, ਕਾਫੀ ਇਹਨਾਂ ਲੋਕਾਂ ਨੂੰ ਸੈਮੀਨਾਰ ਲਾਏ ਗਏ ਆ ਵੀ ਜਿਹੜੇ ਇਹ ਜਿਹੜੇ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਆ ਇਹ ਬਿਲਕੁਲ ਜਿਹੜੇ ਆਪਣੇ ਵਿੱਚੋਂ ਜਿਹੜੀ ਡਿਵਾਈਸ ਇਹਨਾਂ ਲਾਈ ਹੁੰਦੀ ਆ ਹਟਾ ਲਓ, ਔਰ ਜਿਹੜੇ ਕਾਲੀਆਂ ਫਿਲਮਾਂ ਲਾਉਂਦੇ ਆ ਉਹ ਆਪਣਾ ਬੰਦ ਕਰ ਲਓ, ਟ੍ਰਿਪਲ ਰਾਈਡਿੰਗ ਬੰਦ ਕਰ ਲਓ, ਮੂੰਹ ਜਿਹੜਾ ਬੰਨ੍ਹ ਕੇ ਮੋਟਰਸਾਈਕਲ ਬਾਈਕ ਜਿਹੜੀ ਨਹੀਂ ਚਲਾਉਣੀ। ਇਹ ਬਹੁਤ ਵੱਖ ਵੱਖ ਥਾਵਾਂ ਦੇ ਉੱਤੇ ਜਿਹੜੇ ਇਹਦੇ ਸੈਮੀਨਾਰ ਲਾਏ ਗਏ ਆ, ਲੋਕਾਂ ਨੂੰ ਇਹਦੀ ਅਵੇਅਰਨੈਸ ਦਿੱਤੀ ਗਈ ਆ, ਪਰ ਫਿਰ ਜਿਹੜੇ ਫਿਰ ਵੀ ਨਹੀਂ ਹਟਦੇ ਅਸੀਂ ਉਹਨਾਂ ਦੇ ਚਲਾਨ ਕੱਟ ਰਹੇ ਹਾਂ। ਪੰਜਾਬ ਪੁਲਿਸ ਫਿਰੋਜ਼ਪੁਰ ਵੱਲੋਂ ਵੱਖ ਵੱਖ ਨਾਕੇ ਲਾਏ ਜਾਂਦੇ, ਇਸ ਇਹਨਾਂ ਨਾਕਿਆਂ ਦੌਰਾਨ ਕੋਈ ਚੀਜ਼ ਬਰਾਮਦ ਵੀ ਹੋਈ ਇੱਦਾਂ? ਹਾਂਜੀ, ਅਜੇ ਹੁਣੇ ਹੀ ਇੱਕ ਬੇਸਬਾਲ ਵੀ ਬਰਾਮਦ ਹੋਇਆ ਸੀਗਾ ਤੇ ਅੱਜ ਸਵੇਰੇ ਵੀ ਜਿਹੜੀ ਆ ਇੱਕ ਥਾਰ ਦੇ ਵਿੱਚੋਂ ਜਿਹੜੀ ਆ CA ਸਟਾਫ ਨੇ ਡਰੱਗ ਮਨੀ ਜਿਹੜੀ ਆ ਉਹ ਬਰਾਮਦ ਕੀਤੀ ਆ ਕਾਫੀ ਮਾਤਰਾ ਦੇ ਵਿੱਚ। ਹਾਂ, ਜਦੋਂ ਅਸੀਂ ਕੋਈ ਨਾ ਕੋਈ ਚੈਕਿੰਗ ਕਰਦੇ ਹਾਂ ਕੋਈ ਨਾ ਕੋਈ ਮਿਲਦਾ ਹੀ ਹੈ। ਜਿੱਦਾਂ ਉਹ ਬੱਚੇ ਜਿਹੜੇ ਹੈਗੇ 18 ਸਾਲ ਤੋਂ ਘੱਟ ਦੀ ਉਮਰ ਦੇ ਜਿਹੜੇ ਬੱਚੇ ਆ, ਹਾਂਜੀ ਹਾਂਜੀ, ਉਹਨਾਂ ਦੇ ਮਾਪੇ ਜਿਹੜੇ ਆ ਉਹਨਾਂ ਨੂੰ 2 ਪਹੀਆ ਵਾਹਨ ਦੇ ਕੇ ਤੋਰ ਦਿੰਦੇ ਆ ਕਿਉਂਕਿ ਸਰਕਾਰ ਵੱਲੋਂ ਬੈਨ ਕਰ ਦਿੱਤਾ ਗਿਆ, 25,000 ਰੁਪਇਆ ਜੁਰਮਾਨਾ, 3 ਸਾਲ ਦੀ ਕੈਦ ਵੀ ਹੈਗੀ ਆ। ਹੁਣ ਵੀ ਕਈ ਬੱਚੇ ਇੱਦਾਂ ਦੇ ਹੈਗੇ ਜਿਹੜੇ ਮੋਟਰਸਾਈਕਲ ਲੈ ਕੇ ਉਹ ਤੁਰੇ ਫਿਰਦੇ ਆ। ਹਾਂਜੀ, ਹੁਣ ਵੀ ਇਹਦੇ ਵਾਸਤੇ ਵੀ ਅਸੀਂ ਬੜੇ ਸੈਮੀਨਾਰ ਦੇ ਲੋਕਾਂ ਦੇ ਪੇਰੈਂਟਸ ਨੂੰ ਵੀ ਅਵੇਅਰ ਕੀਤਾ ਵਾ ਵੀ 18 ਸਾਲ ਤੋਂ ਛੋਟੇ ਬੱਚੇ ਨੂੰ 2-ਵੀਲਰ ਨਾ ਦਿਓ, ਤੇ ਹੁਣ ਕਾਫੀ ਵਾਰ ਇਹਨਾਂ ਨੂੰ ਸਮਝਾਇਆ ਗਿਆ ਵਾ, ਹੁਣ ਜਿਹੜੇ ਨਹੀਂ ਹਟਦੇ ਜਿਹੜੇ 18 ਸਾਲ ਤੋਂ ਚਲਾਉਂਦੇ ਆ ਉਹਨਾਂ ਦਾ ਅਸੀਂ ਫਿਰ ਉਹ ਜੁਰਮਾਨਾ ਜਿਹੜਾ ਵਾ ਚਲਾਨ ਕਰਕੇ ਕਰ ਰਹੇ ਹਾਂ। ਪੰਜਾਬ ਦੇ ਜਿਹੜੇ ਲੋਕ ਜਾਂ ਫਿਰੋਜ਼ਪੁਰ ਦੇ ਉਹ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਟ੍ਰੈਫਿਕ ਨਿਯਮਾਂ ਨੂੰ ਭੰਗ ਕਰਕੇ ਜਿਹੜਾ ਆਮ ਹੀ ਤੁਰੇ ਫਿਰਦੇ ਨੇ? ਅਸੀਂ ਉਹਨਾਂ ਨੂੰ ਜਿਹੜੀ ਆ ਤਾੜਨਾ ਕਰਦੇ ਹਾਂ ਵੀ ਜਿੰਨੇ ਵੀ ਕਿਸੇ ਨੇ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੀ ਉਲੰਘਣਾ ਕੀਤੀ ਉਹਨੂੰ ਜਿਹੜਾ ਕਾਨੂੰਨ ਅਨੁਸਾਰ ਜਿਹੜੀ ਆ ਉਹਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ ਜਾਏਗੀ, ਚਲਾਨ ਕੱਟਿਆ ਜਾਏਗਾ, ਉਹਦੇ ਖਿਲਾਫ਼ FIR ਵੀ ਦਰਜ ਹੋ ਸਕਦੀ ਆ। ਇਸ ਕਰਕੇ ਅਸੀਂ ਸਾਰੇ ਫਿਰੋਜ਼ਪੁਰ ਵਾਸੀਆਂ ਨੂੰ ਜਿਹੜੀ ਆ ਪੁਰਜ਼ੋਰ ਬੇਨਤੀ ਕਰਦੇ ਹਾਂ ਵੀ ਜਿਹੜਾ ਟ੍ਰੈਫਿਕ ਦੇ ਨਿਯਮਾਂ ਨੂੰ ਜਿਹੜਾ ਵਾ ਬਿਲਕੁਲ ਸਹੀ ਰੱਖੋ, ਇਹਦੇ ਨਾਲ ਜਿਹੜਾ ਵਾ ਟ੍ਰੈਫਿਕ ਜਾਮ ਨਹੀਂ ਲੱਗੇਗਾ, ਤੁਹਾਨੂੰ ਲੋਕਾਂ ਨੂੰ ਵੀ ਮੁਸ਼ਕਲ ਨਹੀਂ ਆਏਗੀ ਅਤੇ ਸਾਰੇ ਜਿਹੜਾ ਸਮੂਥਲੀ ਜਿਹੜਾ ਚੱਲ ਸਕੇਗਾ। ਤੁਸੀਂ ਪੁਲਿਸ ਦਾ ਸਾਥ ਦਿਓ,
ਤੁਹਾਨੂੰ ਅਸੀਂ ਨਿਰਵਿਘਨ ਜਿਹੜੀ ਟ੍ਰੈਫਿਕ ਦਾ ਮਾਹੌਲ ਦੇਵਾਂਗੇ। ਸਰ ਇਹ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਘਾਟ ਹੈਗੀ, ਕਿਉਂਕਿ ਜਦੋਂ ਆਪਾਂ ਚੰਡੀਗੜ੍ਹ ਨੂੰ ਜਾਂਦੇ ਹਾਂ ਤਾਂ ਆਮ ਹੀ ਗੱਲ ਹੈਗੀ ਕਿ ਲੋਕਾਂ ਦੀਆਂ ਬੈਲਟਾਂ ਲੱਗ ਜਾਂਦੀਆਂ, ਸੀਟ ਬੈਲਟਾਂ ਲੱਗ ਜਾਂਦੀਆਂ, ਔਰ ਜਾਂ ਜਿਹੜੇ ਉਹਨਾਂ ਰੂਲਾਂ ਨੂੰ ਟ੍ਰੈਫਿਕ ਰੂਲਾਂ ਨੂੰ ਲੋਕ ਫਾਲੋ ਕਰਨ ਲੱਗ ਪੈਂਦੇ ਆ। ਹਾਂਜੀ, ਕੀ ਫਿਰੋਜ਼ਪੁਰ ਦੇ ਲੋਕ, ਕਿਉਂਕਿ ਹੁਣ ਇੱਥੇ ਨਾਲ ਲਾਈਟਾਂ ਵਾਲਾ ਚੌਂਕ ਹੈਗਾ, ਲੋਕ ਲਾਈਟਾਂ ਕ੍ਰੋਸ ਕਰਦੇ ਨਜ਼ਰ ਆਉਂਦੇ ਆ ਜਾਂ ਟ੍ਰੈਫਿਕ ਰੂਲਾਂ ਨੂੰ ਭੰਗ ਕਰਦੇ ਨਜ਼ਰ ਆਉਂਦੇ? ਹਾਂਜੀ, ਇਹ ਜਿਹੜਾ ਵਾ ਲੋਕਾਂ ਦੇ ਵਿੱਚ ਇੱਕ ਦਿਮਾਗ ਦੇ ਵਿੱਚ ਗੱਲ ਵੜ ਗਈ ਆ ਵੀ ਅਸੀਂ ਜਿਹੜੀ ਵਾਇਲੇਸ਼ਨ ਕਰਨੀ ਹੀ ਕਰਨੀ ਹੈ। ਅਸੀਂ ਲੋਕਾਂ ਨੂੰ ਬੜੀ ਵਾਰੀ ਸਮਝਾਉਂਦੇ ਹਾਂ, ਸੈਮੀਨਾਰ ਲਾਉਂਦੇ ਹਾਂ, ਜਗ੍ਹਾ ਜਗ੍ਹਾ 'ਤੇ ਨਾਕੇ ਲਾ ਕੇ ਵੀ ਪਿਆਰ ਨਾਲ ਵੀ ਸਮਝਾਉਂਦੇ ਹਾਂ ਵੀ ਤੁਸੀਂ ਜਿਹੜੇ ਇਹਦੀ ਜਿਹੜੀ ਬਿਲਕੁਲ ਵਾਇਲੇਸ਼ਨ ਨਾ ਕਰੋ, ਸੀਟ ਬੈਲਟ ਲਾਓ, ਉਹਦੇ ਨਾਲ ਤੁਹਾਡੀ ਸੇਫਟੀ ਆ। ਸੀਟ ਬੈਲਟ ਲਾਉਣ ਦਾ ਫਾਇਦਾ ਉਸੇ ਬੰਦੇ ਨੂੰ ਹੀ ਆ ਜਿਹੜਾ ਚਲਾ ਰਿਹਾ ਵਾ, ਕੱਲ੍ਹ ਨੂੰ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜਾਂਦੀ ਆ ਅਤੇ ਉਹ ਜਿਹੜੇ ਉਹਦੇ ਸਾਰੇ ਜਿਹੜੇ ਖੁੱਲ੍ਹ ਜਾਣਗੇ ਜਿਹਦੇ ਨਾਲ ਉਹਦਾ ਬਚਾਅ ਹੋ ਜਾਊਗਾ। ਸੀਟ ਬੈਲਟ ਇਸੇ ਵਾਸਤੇ ਲਾਇਆ ਜਾਂਦਾ ਵਾ, ਅਤੇ ਇਹ ਜਿਹੜਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਤੁਹਾਡੇ ਫਾਇਦੇ ਵਾਸਤੇ। ਤਾਂ ਬਿਲਕੁਲ, ਅੱਜ ਪੰਜਾਬ ਪੁਲਿਸ ਵੱਲੋਂ ਇੱਕ ਵੱਖਰਾ ਨਾਕਾ ਲਾਇਆ ਹੋਇਆ ਔਰ ਵੱਖਰੇ ਨਾਕੇ ਦੇ ਦੌਰਾਨ ਜਿਹੜੀ ਉਹ ਚੈਕਿੰਗ ਕੀਤੀ ਜਾ ਰਹੀ, ਤਾਂ ਤਸਵੀਰਾਂ ਤੁਹਾਨੂੰ ਦਿਖਾਉਣਾ, ਇੱਕ ਵਾਰ ਮੁੜ ਦਿਖਾ ਦਿੰਦੇ ਹਾਂ ਕਿ ਇਹ ਸਪੈਸ਼ਲ ਨਾਕਾ ਲੱਗਾ ਹੋਇਆ ਔਰ ਸਪੈਸ਼ਲ ਨਾਕੇ ਦੇ ਦੌਰਾਨ ਹੀ ਉਹਨਾਂ ਲੋਕਾਂ ਦੀ, ਉਹਨਾਂ ਦੋ ਵਾਹਨ ਪਹੀਆ ਜਿਹੜੇ ਸਵਾਰ ਹੈਗੇ ਆ ਉਹਨਾਂ ਦੀ ਚੈਕਿੰਗ ਵਿਸ਼ੇਸ਼ ਤੌਰ 'ਤੇ ਕੀਤੀ ਜਾ ਰਹੀ ਆ। ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਬਿਨਾਂ ਨੰਬਰਾਂ ਵਾਲੇ ਮੋਟਰਸਾਈਕਲ ਵੀ ਜਿਹੜੇ ਆ ਉਹ ਫਿਰੋਜ਼ਪੁਰ ਦੇ ਵਿੱਚ ਦੌੜਦੇ ਆ, ਕਿਉਂਕਿ ਹੁਣ ਇਹ ਮੋਟਰਸਾਈਕਲ ਜਿਹੜੇ ਆ ਉਹ ਫਿਰੋਜ਼ਪੁਰ ਦੇ ਵਿੱਚ ਨਹੀਂ ਦੌੜਨਗੇ, ਕਿਉਂਕਿ ਫਿਰੋਜ਼ਪੁਰ ਪੁਲਿਸ ਜਿਹੜੀ ਆ ਉਹ ਬਿਲਕੁਲ ਸੁਚੇਤ ਹੋ ਚੁੱਕੀ ਆ। ਫਿਰੋਜ਼ਪੁਰ ਪੁਲਿਸ ਵੱਲੋਂ ਥਾਂ ਥਾਂ 'ਤੇ ਨਾਕੇ ਲਾ ਕੇ ਲੋਕਾਂ ਨੂੰ, ਬੇਸ਼ੱਕ ਚਲਾਨ ਵੀ ਕੱਟੇ ਜਾਂਦੇ ਆ ਔਰ ਇਸ ਦੇ ਨਾਲ ਲੋਕਾਂ ਨੂੰ ਜਾਗਰੂਕ ਵੀ ਜਿਹੜਾ ਉਹ ਕੀਤਾ ਜਾ ਰਿਹਾ। ਤਾਂ ਇੱਧਰ ਵੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿ ਇੱਧਰ ਜਿਹੜੇ ਲੋਕ ਜਿਹੜੇ ਉਹ ਟ੍ਰਿਪਲ ਰਾਈਡਿੰਗ ਜਿਹੜੀ ਉਹ ਕਰ ਰਹੇ ਸੀਗੇ। ਤਾਂ ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਜਿਹੜਾ ਨਾਕਾ ਹੈਗਾ ਉਹ ਪੰਜਾਬ ਪੁਲਿਸ ਦੇ ਵੱਲੋਂ ਅੱਜ ਲਾਇਆ ਹੋਇਆ ਔਰ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਜਾ ਰਿਹਾ। ਔਰ ਲੋਕਾਂ ਨੂੰ DSP ਰਾਜਵੀਰ ਸਿੰਘ ਵੱਲੋਂ ਇਹੀ ਗੱਲ ਕਹੀ ਜਾ ਰਹੀ ਆ ਕਿ ਤੁਸੀਂ ਰੂਲ ਭੰਗ ਨਾ ਕਰੋ, ਨਹੀਂ ਤਾਂ ਤੁਹਾਨੂੰ ਮੋਟਾ ਜਿਹੜਾ ਉਹ ਚਲਾਨ ਦੇਣਾ ਪਵੇਗਾ। ਕਿਉਂਕਿ ਚੰਡੀਗੜ੍ਹ ਵਰਗੇ ਸ਼ਹਿਰਾਂ ਨੂੰ ਜਦੋਂ ਅਸੀਂ ਜਾਂਦੇ ਹਾਂ ਤਾਂ ਅਸੀਂ ਟ੍ਰੈਫਿਕ ਜਿਹੜੇ ਨਿਯਮ ਆ ਉਹਨਾਂ ਨੂੰ ਫੋਲੋ ਕਰਦੇ ਹਾਂ, ਪਰ ਫਿਰੋਜ਼ਪੁਰ ਦੇ ਵਿੱਚ ਰਹਿ ਕੇ ਇਹਨਾਂ ਟ੍ਰੈਫਿਕ ਰੂਲਾਂ ਨੂੰ ਅਸੀਂ ਤੋੜਦੇ ਹਾਂ। ਪਰ ਹੁਣ ਤੁਹਾਨੂੰ ਇਹ ਟ੍ਰੈਫਿਕ ਜਿਹੜੇ ਨਿਯਮ ਨੇ ਉਹਨਾਂ ਨੂੰ ਫੋਲੋ ਕਰਨਾ ਹੀ ਪਵੇਗਾ, ਕਿਉਂਕਿ ਪੰਜਾਬ ਪੁਲਿਸ ਦੇ ਨਾਲ ਹੁਣ ਜਿਹੜੀ ਫਿਰੋਜ਼ਪੁਰ ਪੁਲਿਸ ਵੀ ਉਹ ਸੁਚੇਤ ਹੋ ਚੁੱਕੀ ਆ। ਜੇਕਰ ਤੁਸੀਂ ਇਹ ਟ੍ਰੈਫਿਕ ਰੂਲ ਜਿਹੜੇ ਆ ਤੋੜੇ ਤਾਂ ਤੁਹਾਡਾ ਚਲਾਨ ਨਿਸ਼ਚਿਤ ਹੈ। ਕੈਮਰਾਮੈਨ ਨਾਲ ਪਰਸਨ ਨਾਲ ਮੁਕੇਸ਼ ਸਿੰਘ ਜਨਰਲ ਸਪੋਕਸਮੈਨ ਫਿਰੋਜ਼ਪੁਰ।